ਆਰਜੇ ਜੱਸੀ ਦੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਵੈਲਕਮ ਹੈ ਹਜ਼ੂਰ। ਕਹਿੰਦੇ ਕਿ ਜਦੋਂ ਹੌਸਲਾ ਬਣਾ ਲਿਆ ਉੱਚੀ ਉਡਾਨ ਦਾ, ਫਿਰ ਦੇਖਿਓ ਕੁਝ ਵੀ ਨਹੀਂ ਹੈ ਕੱਦ ਆਸਮਾਨ ਦਾ। ਔਰ ਐਸੇ ਹੀ ਹੌਸਲੇ, ਜਜ਼ਬੇ, ਮਿਹਨਤ, ਜਨੂਨ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਮਿਲਦੀ ਹੈ ਕਿਸ 'ਚੋਂ, ਨਿੰਜਾ ਦੇ ਵਿੱਚੋਂ। ਫੋਟੋ ਅਸਲੇ ਨਾ ਪਾ ਕੇ ਸ਼ੇਰ ਡੌਲੇ ਉੱਤੇ ਵਾ ਕੇ ਵਾਧੂ ਸ਼ੀਸ਼ੇ ਮੂਰੇ ਜਾ ਕੇ ਜੋ ਲੜਾਕੂ ਬਣਦੇ, ਜਿਗਰਿਆਂ ਵਾਲੇ ਜਦੋਂ ਪਾਉਂਦੇ ਆ ਪੜਾਕੇ ਦੱਲੇ, ਪੈਰੀ ਹੱਥ ਲਾ ਕੇ ਨਹੀਂ ਦੜਾਕੂ ਬਣਦੇ, ਪਹਿਲਾਂ ਜ਼ਖਮੀ ਕੋਈ ਸ਼ੇਰ, ਦੂਜਾ ਮਰਦ ਦਲੇਰ, ਤੀਜਾ ਭੁੱਲ ਕੇ ਨਾ ਲਵੀ ਐਵੇਂ ਘੇਰ ਕੱਲਿਆਂ, ਹੋ ਮਨ ਮਰਜ਼ੀ ਜੇ ਤੈਰੀ ਚੱਲਦੀ ਹੁਦੀ ਵੇ ਆ ਤੇ ਸੂਰਜਾਂ ਨੂੰ ਕਰੀ ਨਾ ਚਲੈਂਜ ਬੱਲਿਆਂ। ਕਿਆ ਹੀ ਬਾਤ ਹੈ ਨਿੰਜੇ ਵੀਰੇ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਔਰ ਦੁਬਾਰਾ ਇੱਥੇ ਆ ਕੇ ਬਹੁਤ ਚੰਗਾ ਲੱਗਿਆ, ਔਰ 94.3 ਮਾਈ ਐਫ ਐਮ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਆ ਬਾਤ ਹੈ, ਅਤੇ ਹਮੇਸ਼ਾ ਸਾਡੀ ਰੂਹ ਖੁਸ਼ ਹੋ ਜਾਂਦੀ ਹੁੰਦੀ ਹੈ ਜਦੋਂ ਜਿੰਨੇ ਗਾਣਿਆਂ ਨੂੰ ਪਿਆਰ ਮਿਲਿਆ ਹੈ। ਉਸ ਤੋਂ ਬਾਅਦ ਨੋ ਡਾਊਟ ਇਹ ਗਾਣੇ ਦਾ ਨਾਮ ਵੀ ਚੈਲੇਂਜ ਹੈ ਔਰ ਤੁਹਾਡੇ ਲਈ ਵੀ ਚੈਲੇਂਜ ਹੀ ਰਹਿੰਦਾ ਹੈ ਨਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਨਿੰਜਾ ਇੰਨਾ ਸਫ਼ਰ ਹੋ ਗਿਆ, ਹੁਣ ਸੌਖਾ ਲੱਗਦਾ ਨਵੇਂ ਗਾਣੇ ਨੂੰ ਲਿਆਉਣਾ, ਜਾਂ ਹੁਣ ਤੁਹਾਨੂੰ ਲੱਗਦਾ ਹੁਣ ਹੁਣ ਹੋਰ ਵੀ ਔਖਾ? ਤੁਹਾਨੂੰ ਤਾਂ ਚਲੋ ਮੇਰੇ ਨਾਲੋਂ ਵੱਧ ਪਤਾ ਹੋਣਾ ਚਾਹੀਦਾ। ਹਮੇਸ਼ਾ ਇੱਕ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੁਛ ਮੁਕਾਮ ਅੱਗੇ ਵੱਧਦਾ ਤਾਂ ਉਹਦੇ ਵਿੱਚ ਮੁਸ਼ਕਲਾਂ ਉਸੇ ਲੈਵਲ ਤੋਂ 10 ਗੁਣਾ ਵੱਧ ਜਾਂਦੀਆਂ। ਯੈਸ, ਅਤੇ ਉਹ ਫੀਲ ਹਮੇਸ਼ਾ ਨਾਲ ਨਾਲ ਚੱਲਦੀ ਰਹਿੰਦੀ ਹੈ, ਅਤੇ ਬਾਕੀ ਕੋਸ਼ਿਸ਼ ਬੰਦੇ ਨੂੰ ਕਰਨੀ ਚਾਹੀਦੀ ਆ, ਬਾਕੀ ਪੂਰੀ ਕਦੋਂ ਹੋਣੀ ਹੈ ਜਾਂ ਕਿਵੇਂ ਹੋਣੀ ਹੈ ਜਾਂ ਜਿਹਦੇ ਲਈ ਕਰਦੇ ਹਾਂ ਜਾਂ ਜਿਹਨੇ ਕਰਾਉਣਾ ਉਹਨੂੰ ਪਤਾ। ਯੈਸ, ਅੱਛਾ ਜਿਵੇਂ ਇਹ ਗਾਣੇ ਦਾ ਨਾਮ ਵੀ ਚੈਲੇਂਜ ਹੈ, ਔਰ ਜਦੋਂ ਚੈਲੇਂਜ ਆਪਾਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਦੇਖਦੇ ਹਾਂ, ਬਹੁਤ ਸਾਰੇ ਸਿੰਗਰਸ ਨਵੇਂ ਵੀ ਆ ਰਹੇ ਹੈ, ਜੋਸ਼ੀਲੇ ਵੀ ਆ ਰਹੇ ਹੈ, ਦਿਨ ਬ ਦਿਨ ਇਹਦੇ 'ਚ ਵੀ ਚੈਲੰਜ ਵੱਧਦਾ ਜਾ ਰਿਹਾ। ਅੱਛਾ ਉਹ ਟਾਈਮ ਸੀ ਨਿੰਜੇ ਵੀਰੇ ਜਦੋਂ ਇੱਕ ਇੱਕ ਸਾਲ 'ਚ ਇੱਕ ਇੱਕ ਐਲਬਮ ਆਉਣੀ ਹੁੰਦੀ ਸੀਗੀ, ਹੈ ਨਾ, ਫਿਰ 6 ਮਹੀਨੇ, ਫਿਰ 4 ਮਹੀਨੇ, ਹੁਣ 2-2 ਮਹੀਨੇ, ਇੱਕ ਇੱਕ 2-2 ਮਹੀਨੇ 'ਚ ਵੀ ਖੇਡ ਆ ਗਈ ਹੈ ਕਿ ਵੀ ਗਾਣਾ ਆਉਣਾ ਵੀ ਚਾਹੀਦਾ, ਆਡੀਓ ਵੀ ਅਤੇ ਵੀਡੀਓ ਵੀ। ਇਹ ਚੈਲੰਜ ਤੁਹਾਨੂੰ ਕੀ ਲੱਗਦਾ, ਇਹ ਚੈਲੰਜ ਕਿਹੜਾ ਰੂਪ ਲਊਗਾ ਹੁਣ? ਭਾਅ ਜੀ, ਰੂਪ ਤਾਂ ਚਲੋ ਮੈਂ ਇਸ ਚੀਜ਼ ਨੂੰ ਜੱਜ ਨਹੀਂ ਕਰ ਸਕਦਾ, ਮੈਂ ਸਿਰਫ ਆਪਣੇ ਕੰਮ ਨੂੰ ਜੱਜ ਕਰ ਸਕਦਾ ਵੀ ਮੈਂ ਹੋਰ ਕਿੰਨੇ ਬੈਟਰਮੈਂਟ ਨਾਲ ਅੱਗੇ ਆਉਣਾ ਵਾ। ਅਤੇ ਜਿਵੇਂ ਪੁਰਾਣੇ ਟਾਈਮ ਦੀ ਗੱਲ ਕਰਾਂ ਤਾਂ ਉਦੋਂ ਬਹੁਤ ਕੁਛ ਸੀਗਾ, ਕਿਉਂਕਿ ਉਹ ਟਾਈਮ ਨੂੰ ਮੈਂ ਬਹੁਤ ਕੋਲੋਂ ਦੇਖਿਆ ਹੋਇਆ, ਉਦੋਂ ਮੈਂ ਜਿਵੇਂ ਅੱਗੇ ਵੀ ਜ਼ਿਕਰ ਕੀਤਾ ਵੀ ਮੈਂ ਉਹ ਜਿਵੇਂ ਟੇਪਾਂ ਰੀਲਾਂ ਆਪ ਵੇਚੀਆਂ ਨੇ, ਆਪ ਭਰੀਆਂ ਨੇ, ਅਤੇ ਉਹ ਚੀਜ਼ ਨੂੰ ਮੈਂ ਬਹੁਤ ਜ਼ਿਆਦਾ ਫੀਲ ਕੀਤਾ ਹੋਇਆ। ਉਦੋਂ ਲੋਕਾਂ ਨੂੰ ਉਡੀਕ ਰਹਿੰਦੀ ਸੀ ਵੀ ਹਾਂ ਵੀ ਫਲਾਣੇ ਫਲਾਣੇ ਕਲਾਕਾਰ ਦਾ ਫਲਾਣੀ ਫਲਾਣੀ ਡੇਟ ਨੂੰ ਗਾਣਾ ਆਉਣਾ ਅਤੇ ਐਲਬਮ ਆਉਣੀ ਹੈ, ਅਤੇ ਪੂਰੀ ਪੂਰੀ ਐਲਬਮ ਲੋਕ ਖਰੀਦਣ ਜਾਂਦੇ ਹੁੰਦੇ ਸੀ। ਹੁਣ ਸੋਸ਼ਲ ਮੀਡੀਆ ਨੇ ਬਹੁਤ ਕੁਛ ਈਜ਼ੀ ਕਰਤਾ, ਘਰੇ ਬੈਠੇ ਨੂੰ ਤੁਹਾਡੇ ਇੱਕ ਕਲਿੱਕ 'ਤੇ ਤੁਹਾਡਾ ਆਰਟਿਸਟ ਦਾ ਸਾਰਾ ਬਾਇਓਡਾਟਾ ਤੁਹਾਡੇ ਫੋਨ 'ਚ ਹੁੰਦਾ, ਤੁਹਾਡੀ ਪੈਨ ਡਰਾਈਵ 'ਚ ਹੁੰਦਾ, ਤੁਹਾਡੀ ਸੀਡੀ ਦੇ ਵਿੱਚ ਹੁੰਦਾ। ਸੋ ਕੰਪੀਟੀਸ਼ਨ ਤਾਂ ਵੱਧਦਾ ਹੀ ਆ, ਪਰ ਜੋ ਅਸਲ ਆ ਉਹ ਸਭ ਲੋਕਾਂ ਨੂੰ ਪਤਾ ਵੀ ਆ। ਤੁਸੀਂ ਜਿਹਨੂੰ ਪਿਆਰ ਕਰਦੇ ਹੋ, ਜੋ ਤੁਹਾਡੇ ਰੂਹ ਨੂੰ ਸਕੂਨ ਦਿੰਦਾ, ਤੁਸੀਂ ਉਹਨੂੰ ਹੀ ਸੁਣਦੇ ਹੋ। ਤੁਸੀਂ ਇੱਕ ਵਾਰੀ ਜ਼ਰੂਰ ਕਹਿੰਦੇ ਵੀ ਆਹ ਚੀਜ਼ ਹਾਂ ਪਲੇ ਹੋ ਗਿਆ, ਸਥਾਈ ਤੋਂ ਇੱਕ ਬੋਲ ਤੋਂ ਜਜਮੈਂਟ ਕਰ ਲੈਂਦੇ, ਨਹੀਂ ਤਾਂ ਨੈਕਸਟ ਦਾ ਬਟਨ ਹਰੇਕ ਦੀ ਗੁੱਡ ਬੰਦੇ ਕੋਲ ਹੈ। ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ, ਲੱਗਦਾ ਨੈਕਸਟ ਹੋਣ ਨੂੰ, ਤੇ ਨੈਕਸਟ ਆਪਾਂ ਰੋਕ ਵੀ ਨਹੀਂ ਸਕਦੇ। ਯੈਸ ਯੈਸ ਯੈਸ, ਗੱਲ ਸਹੀ ਹੈ, ਗੱਲ ਸਹੀ ਹੈ। ਤੇ ਉਹ ਇਹ ਆਪਣੀ ਮਿਹਨਤ ਕਰੋ, ਉਹੋ ਜਿਹਾ ਕੰਟੈਂਟ ਬਣਾਓ, ਉਹੋ ਜਿਹਾ ਆਪਣਾ ਔਰਾ ਬਣਾਓ ਵੀ ਨੈਕਸਟ ਕਰਨ ਤੋਂ ਪਹਿਲਾਂ ਨਹੀਂ ਯਾਰ ਇਹਨੂੰ 2 ਵਾਰੀ ਹੋਰ ਸੁਣ ਲਈਏ ਫਿਰ ਕਰਾਂਗੇ। ਤੇ ਨਿੰਜੇ ਵੀਰੇ, ਅੱਜ ਜਿਹੜੇ ਦਿਨਾਂ 'ਚ ਤੁਸੀਂ ਗੁਜ਼ਰ ਰਹੇ ਹੋ, ਇਹਦਾ ਅਹਿਸਾਸ ਤੁਹਾਨੂੰ ਉਸ ਟਾਈਮ ਨਹੀਂ ਸੀਗਾ ਜਦੋਂ ਤੁਸੀਂ ਆਏ ਸੀ, ਐਂਟਰ ਕੀਤਾ ਸੀਗਾ ਕਿ ਯਾਰ ਅੱਛਾ ਜਦੋਂ ਇਸ ਲੈਵਲ 'ਤੇ ਪਹੁੰਚ ਜਾਈਦਾ ਫਿਰ ਇਹ ਔਖ ਆਉਂਦੀ ਹੈ ਬੰਦੇ ਨੂੰ, ਇਹ ਚੈਲੰਜ ਆਉਂਦੇ ਹੈ। ਪਰ ਜਿਵੇਂ ਨਿੰਜੇ ਗੱਲ ਕਰਾਂ, ਕਹਿੰਦੇ ਕਿ ਸਿੰਗਿੰਗ 'ਚ ਆਉਣਾ ਸੌਖਾ ਹੈ ਪਰ ਟਿਕੇ ਰਹਿਣਾ ਬੜਾ ਔਖਾ ਹੈ, ਇਹ ਕਿਹੜੇ ਕਿਹੜੇ ਚੈਲੰਜ? ਇਹ ਵੀ ਚੀਜ਼ ਮੈਂ ਤੁਹਾਡੀ ਬਿਲਕੁਲ ਉਸ ਤਰੀਕੇ ਨਾਲ ਹੈਗਾ, ਇਸ ਚੀਜ਼ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਪਰ ਜੋ ਚੀਜ਼ ਦੂਰੋਂ ਬਹਿ ਕੇ ਬਹੁਤ ਚੰਗੀ ਲੱਗਦੀ ਹੈ ਨਾ, ਉਹ ਜਦੋਂ ਅੰਦਰ ਵੜਦੇ ਹਾਂ ਤਾਂ ਉਦੋਂ ਪਤਾ ਲੱਗਦਾ ਵੀ ਯਾਰ ਇਹ ਬਾਹਰ ਬੈਠੇ ਜ਼ਿਆਦਾ ਠੀਕ ਸੀਗੇ। ਕਿਉਂਕਿ ਹੁਣ ਦੇ ਮੁਕਾਮ, ਮੈਂ ਆਪਣੀ ਗੱਲ ਨਹੀਂ ਕਰਦਾ, ਹਰੇਕ ਆਰਟਿਸਟ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਹੁੰਦਾ ਹੀ ਹੈ ਵਾਜੀ। ਅਤੇ ਦੂਜੀ ਗੱਲ, ਤੁਸੀਂ ਅੱਜ ਆਰਜੇ ਜੱਸੀ ਹੋ, ਤੁਸੀਂ ਇੱਥੇ ਬੈਠੇ ਹੋ, ਇਸ ਕੁਰਸੀ ਦੇ ਉੱਤੇ ਬੈਠੇ ਹੋ, ਅਤੇ ਇਹ ਤੁਸੀਂ ਆਪਣੇ ਦਿਲ ਨੂੰ ਪੁੱਛ ਕੇ ਦੱਸਿਓ ਵੀ ਤੁਹਾਨੂੰ ਵੀ ਐਂ ਕਹਿਣ ਵਾਲੇ ਬਥੇਰੇ ਹੋਣੇ ਆ ਵੀ ਜੇ ਅਸੀਂ ਨਾ ਹੁੰਦੇ ਇਹ ਬਣਦਾ ਨਹੀਂ ਸੀ, ਦਾਅਵੇਦਾਰ ਹੈ, ਨੋ ਡਾਊਟ। ਤੋ ਦਾਅਵੇਦਾਰਾਂ ਦੀ ਜਿਹੜੀ ਲਿਸਟ ਆ ਨਾ ਬਹੁਤ ਵੱਡੀ ਹੋ ਜਾਂਦੀ ਆ। ਸੋ ਉਹ ਸਮਝ ਨਹੀਂ ਆਉਂਦੀ ਵੀ ਕਿਹਨੂੰ ਕਿੱਦਾਂ ਕਿੱਸਾ ਉਹਨਾਂ ਟ੍ਰੀਟ ਕਰੀ, ਕਿਉਂਕਿ ਕਿਉਂਕਿ ਆਰਟਿਸਟ ਤਾਂ ਇੱਕ ਆਰਟਿਸਟ ਹੀ ਆ ਬਾਜੀ, ਆਰਟਿਸਟ ਨੇ ਤਾਂ ਆਪਣੀ ਫੀਲ ਲੈ ਕੇ ਚੱਲਣਾ, ਉਹਨੂੰ ਜਿਹੜਾ ਜਿਹੜਾ ਪਿਆਰ ਕਰਦਾ ਉਹ ਉਹਦੇ ਨਾਲ ਹੱਸ ਖੇਡਦਾ, ਉਹ ਨਾ ਬਹਿੰਦਾ ਉੱਠਦਾ, ਪਰ ਉਸ ਹੱਸਣ ਬੈਠਣ ਨੂੰ ਉਸ ਫੀਲ ਨੂੰ ਤੁਸੀਂ ਕਹੋ ਵੀ ਜੇ ਸਾਡੇ ਕੋਲ ਨਾ ਬਹਿੰਦਾ ਉੱਠਦਾ ਹੁੰਦਾ ਤਾਂ ਇੱਥੇ ਤੱਕ ਪਹੁੰਚ ਨਹੀਂ ਸੀ ਸਕਦਾ। ਸੋ ਇਹ ਗਲਤ ਹੈ, ਤੁਸੀਂ ਸਮਝ ਸਕਦੇ ਹੋ ਮੈਂ ਕੀ ਕਹਿਣਾ। ਸਹੀ ਗੱਲ, ਦਾਅਵੇਦਾਰੀ ਵੱਧ ਗਈ। ਇਹ ਵੀ ਗੱਲ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਮਿਊਜ਼ਿਕ ਡਾਇਰੈਕਟਰ ਨੂੰ ਲੱਗਦਾ ਵੀ ਸਿੰਗਰ ਲੈ ਜੇ ਮੈਂ ਮਿਊਜ਼ਿਕ ਨਾ ਦਿੰਦਾ ਤਾਂ ਇਹ ਬਣਦਾ ਨਹੀਂ ਸੀ, ਰਾਈਟਰ ਨੂੰ ਲੱਗਦਾ ਵੀ ਜੇ ਮੈਂ ਨਾ ਦਿੰਦਾ ਹੁੰਦਾ ਤਾਂ ਇਹ ਕਿੱਥੇ ਬਣ ਜਾਣਾ ਸੀ, ਵੀਡੀਓ ਡਾਇਰੈਕਟਰ ਨੂੰ ਇਹ ਲੱਗਦਾ ਵੀ ਜੇ ਮੈਂ ਵੀਡੀਓ ਨਾ ਬਣਾਉਂਦਾ ਇਹ ਕਿੱਥੋਂ ਚੱਲ ਪੈਣਾ ਸੀ। ਮਤਲਬ ਆਰਟਿਸਟ ਜਿਹੜਾ ਸਿੰਗਰ ਹੈ ਉਹ ਬੰਦਾ ਖਾਲੀ ਆਇਆ ਕਰੋ, ਉਹਦੇ ਕੋਲ ਕੱਖ ਵੀ ਨਹੀਂ,
ਇਹ ਚੈਲੇਂਜ ਸਾਡਾ ਹੋਰਾਂ ਨਾਲ ਚੈਲੇਂਜ ਰੱਖਣ ਦੀ ਬਜਾਏ ਤੁਸੀਂ ਆਪਣੇ ਨਾਲ ਆਪਣਾ ਚੈਲੇਂਜ ਰੱਖੋਗੇ ਨਾ ਤੇ ਇਹਨਾਂ ਗੱਲਾਂ ਦਾ ਜਵਾਬ ਸਾਨੂੰ ਤੁਹਾਡਾ ਕੰਮ ਆਪੇ ਲੋਕਾਂ ਨੂੰ ਦੇ ਦਿੰਦਾ ਸਿੰਪਲ ਜੀ ਗੱਲ ਸਿੰਪਲ ਸਿੰਪਲ ਫੰਡਾ ਹਾਂ ਅੱਛਾ ਨਿੰਜੇ ਅੱਜ ਕੱਲ੍ਹ ਤੁਹਾਡੀ ਲਾਈਫ ਜਿਸ ਕਦਰ ਮਸ਼ਰੂਫ ਹੋ ਰੱਖੀ ਹੈ ਕਿ ਨੋ ਡਾਊਟ ਹੋਣੀ ਵੀ ਚਾਹੀਦੀ ਹੈ ਕਿਉਂਕਿ ਜੋ ਵੀ ਹੈ ਆਪਣੇ ਆਲੇ ਦੁਆਲੇ ਕਿ ਬੈਸਟ ਕਰ ਸਕਾਂ ਬਿਲਕੁਲ ਅਤੇ ਨਿੰਜਾ ਕਿਹੜੀਆਂ ਐਸੀਆਂ ਗੱਲਾਂ ਹੈ ਕਿਹੜੇ ਐਸੇ ਕੰਮ ਹੈ ਨਿੰਜਾ ਜਿਹਦੇ ਬਾਰੇ ਇਹ ਸੋਚਦਾ ਯਾਰ ਮੈਂ ਸ਼ੁਰੂ ਕਰਨੇ ਯਾਰ ਮੈਂ ਸ਼ੁਰੂ ਕਰਨੇ ਇਹ ਮੈਂ ਸ਼ੁਰੂ ਕਰਨੇ ਬਸ ਉਹ ਇਹੀ ਕਤਾਰ 'ਚ ਹੀ ਰਹਿ ਰਹੇ ਹੈ ਹਰੇਕ ਚੀਜ਼ ਨੂੰ ਲੈ ਕੇ ਹਰੇਕ ਬੰਦੇ ਦੀ ਆਪਣੇ ਹਰੇਕ ਰੁਝਾਨ ਨੂੰ ਲੈ ਕੇ ਆਪਣੀ ਇੱਕ ਹੁੰਦਾ ਕੀ ਕਹਿੰਦੇ ਹੁੰਦੇ ਉਹਨੂੰ ਵੀ ਉਹੋ ਜਿਹਾ ਮਾਇੰਡ ਸੈੱਟ ਹੁੰਦਾ ਹਰੇਕ ਬੰਦੇ ਨੂੰ ਮੇਰਾ ਸਭ ਤੋਂ ਵੱਡੇ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਆਪਣੇ ਮੰਮ ਡੈਡ ਨੂੰ ਕੰਮ ਘੱਟ ਟਾਈਮ ਦਿੰਦਾ ਮੈਂ ਉਹ ਸਭ ਤੋਂ ਪਹਿਲਾਂ ਦੇਣਾ ਅੱਛਾ ਮੈਂ ਉਹ ਜ਼ਿਆਦਾ ਦੇਣਾ ਚਾਹੁੰਦਾ ਯੈਸ ਕਿਉਂਕਿ ਉਹ ਉਹਨਾਂ ਉਹ ਜਨਮ ਦਿੱਤਾ ਉਹਨਾਂ ਨੇ ਦਿਖਾਇਆ ਇਕੱਲੇ ਨਾਮ ਨੂੰ ਉਹਨਾਂ ਨੇ ਚੱਟਣਾ ਜੇ ਉਹਨਾਂ ਦਾ ਬੱਚਾ ਉਹਨਾਂ ਕੋਲ ਹੀ ਨਹੀਂ ਹੈਗਾ ਉਹ ਚੀਜ਼ ਮੈਂ ਸਭ ਤੋਂ ਜ਼ਿਆਦਾ ਕੋਸ਼ਿਸ਼ ਕਰਨੀ ਹੈ ਵੀ ਮੈਂ ਕਰਦਾ ਵੈਸੇ ਮੈਂ ਇੱਕ ਗੱਲ ਹੈ ਪਰ ਮੈਂ ਇਹ ਕੋਸ਼ਿਸ਼ ਕਰਦਾ ਵੀ ਜ਼ਿਆਦਾ ਤੋਂ ਜ਼ਿਆਦਾ ਦੇਵਾਂ ਯਾਨੀ ਕਿ ਉਹ ਪਿਆਰ ਉਹ ਮੋਹ ਉਹਨਾਂ ਨੂੰ ਵੀ ਚਾਹੀਦਾ ਹੈ ਨਾ ਉਹਨਾਂ ਨੇ ਤਾਂ ਦੇਣਾ ਉਹਨਾਂ ਦਾ ਇਹ ਹੈ ਵੀ ਉਹਨਾਂ ਨੇ ਨਿੰਜਾ ਨਹੀਂ ਜੰਮਿਆ ਉਹਨਾਂ ਨੇ ਤਾਂ ਆਪਣਾ ਪੁੱਤ ਜੰਮਿਆ ਯੈਸ ਅਤੇ ਨਿੰਜਾ ਭਾਵੇਂ ਦੁਨੀਆ ਭਰ ਦੇ ਵਿੱਚ ਜਿੱਥੇ ਮਰਜ਼ੀ ਮਸ਼ਰੂਫ ਰਹੇ ਪਰ ਉਹਨਾਂ ਕੋਲ ਉਹਨਾਂ ਦੀ ਕਾਲ 'ਤੇ ਉਹਨਾਂ ਤੋਂ ਪਹਿਲਾਂ ਉਹਨਾਂ ਦਾ ਟਾਈਮ ਕੱਢਣ ਲਈ ਉਹਨਾਂ ਕੋਲ ਖੜਾ ਹੋਣਾ ਚਾਹੀਦਾ ਤੋ ਉਹ ਇੱਕ ਪਿਆਰ ਇੱਕ ਮੁਹੱਬਤ ਹੈ ਅਤੇ ਆਪਣੇ ਕੰਮ ਇਹ ਮੈਂ ਇਹ ਨਹੀਂ ਕਹਿੰਦਾ ਵੀ ਕੰਮ ਨੂੰ ਟਾਈਮ ਹਰੇਕ ਚੀਜ਼ ਦਾ ਇੱਕ ਟਾਈਮ ਟੇਬਲ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਹਰੇਕ ਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਆਰਟਿਸਟ ਨੂੰ ਖਾਸ ਕਰਕੇ ਵੀ ਕਿਹੜਾ ਕਿਹੜਾ ਕਿੱਦਾਂ ਕਿਵੇਂ ਕਿੱਥੇ ਜਦੋਂ ਇਹ ਪਤਾ ਫਿਰ ਸਾਰਾ ਕੁਛ ਈਜ਼ੀ ਹੈ ਬਿਲਕੁਲ ਇੱਕ ਤਾਂ ਘਰਦਿਆਂ ਨੂੰ ਮਿਲਣ ਦੀ ਤਾਂਘ ਹੋ ਗਈ ਜਾਂ ਉਹਦੇ ਲਈ ਟਾਈਮ ਕੱਢਣਾ ਹੋ ਗਿਆ ਇੱਕ ਤਾਂ ਇਹਦੇ ਬਾਰੇ ਨਿੰਜਾ ਇਹ ਸੋਚਦਾ ਰਹਿੰਦਾ ਯਾਰ ਇਹ ਮੈਂ ਕੱਢਿਆ ਕਰਾਂ ਇੱਕ ਅਤੇ ਦੂਜਾ ਹੋਰ ਕੋਈ ਚੀਜ਼ ਜਿਹੜੀ ਤੁਹਾਨੂੰ ਲੱਗਦਾ ਯਾਰ ਮੈਂ ਸ਼ੁਰੂ ਕਰਨੀ ਹੈ ਕੋਈ ਸਿਹਤ ਸੂਤ ਬਾਰੇ ਕੁਛ ਇੱਦਾਂ ਦਾ ਜਿੰਮ ਜਾਂ ਫਿਜ਼ੀਕ ਦਾ ਮੇਰਾ ਜਿਵੇਂ ਮੈਂ ਨਾ ਬਹੁਤ ਆਪਣੇ ਕੂਲ ਮਾਈਂਡਡ ਜਿਹਾ ਬੰਦਾ ਜੇ ਮੈਂ ਖਾਣਾ ਪੀਣਾ ਤਾਂ ਮੈਂ ਫਿਰ ਖਾਣਾ ਪੀਣਾ ਹੀ ਹਾਂ ਫਿਰ ਮੈਂ ਨਹੀਂ ਦੇਖਦਾ ਵੀ ਸਿਹਤ ਕਿੱਥੇ ਕਿੱਥੇ ਜਾਂਦੀ ਕਿੱਥੇ ਨਹੀਂ ਜਾਂਦੀ ਮੈਨੂੰ ਫਿਰ ਉਹ ਘੱਟ ਹੁੰਦਾ ਪਰ ਮੇਰੀ ਇਹ ਜੌਬ ਹੈ ਮੇਰਾ ਫਿੱਟ ਰਹਿਣਾ ਹੀ ਮੇਰੀ ਸਭ ਤੋਂ ਵੱਡੀ ਜੌਬ ਹੈ ਕਈ ਵਾਰ ਮੈਂ ਉਹਦੇ ਚੀਜ਼ ਨਾਲ ਥੋੜ੍ਹਾ ਬਹੁਤਾ ਇੱਧਰ ਉੱਧਰ ਕਰ ਲੈਂਦਾ ਪਰ ਮੈਂ ਇਹ ਚੈਲੰਜ ਦਾ ਜਦੋਂ ਸ਼ੂਟ ਕੀਤਾ ਸੀਗਾ ਗਾਣਾ ਫਿਰ ਮੈਂ ਲਾਈਵ ਹੋਇਆ ਸੀ ਉਦੋਂ ਮੈਂ ਸਾਰਿਆਂ ਨੂੰ ਲਾਈਵ ਹੋ ਕੇ ਗੱਲ ਕਹੀ ਸੀ ਵੀ ਮੈਂ ਜ਼ਿੰਦਗੀ ਦੇ ਵਿੱਚ ਹੁਣ ਵਾਅਦਾ ਕਰਦਾ ਤੁਹਾਡੇ ਨਾਲ ਵੀ ਮੈਂ ਇਹੋ ਜਿਹੀ ਫਿਟਨੈਸ ਲੈ ਕੇ ਆਊਂਗਾ ਵੀ ਲੋਕ ਕਹਿਣਗੇ ਵੀ ਨਹੀਂ ਯਾਰ ਵੀ ਜੇ ਫਿੱਟ ਰਹਿਣਾ ਤਾਂ ਉਹਦੀ ਵਰਗਾ ਨਹੀਂ ਤਾਂ ਰਹਿਣਾ ਹੀ ਨਹੀਂ ਹੈ ਉਹ ਚੀਜ਼ ਹੋਈ ਵੀ ਹੈ ਉਹ ਚੀਜ਼ ਮੈਂ ਕਰ ਰਿਹਾ ਹਜੇ ਨਹੀਂ ਕਰ ਰਿਹਾ ਇੱਕ ਤਾਂ ਫਿਲਮ ਲਈ ਕੀਤੀ ਸੀ ਕਿ ਉਸ ਤੋਂ ਬਾਅਦ ਹਜੇ ਹੋਰ ਵੀ ਚੈਲੰਜ ਹੈ ਹੋਰ ਵੀ ਬਹੁਤ ਕੁਛ ਅਰੇ ਵਾਹ ਸ਼ਾਬਾਸ਼ ਇਹ ਤਾਂ ਬਹੁਤ ਕੁਛ ਪਿਆ ਵੈਰੀ ਨਾਈਸ ਅੱਛਾ ਬਹੁਤ ਸਾਰੀਆਂ ਵੀਡੀਓਜ਼ ਨਿੰਜਾ ਸਾਨੂੰ ਕਈ ਵਾਰੀ ਯੂਟਿਊਬ ਤੋਂ ਇੰਸਟਾਗ੍ਰਾਮ ਤੋਂ ਕਈ ਵਾਰੀ ਸਾਡੇ ਕੋਲ ਐਸੀਆਂ ਪਹੁੰਚਦੀਆਂ ਜਿਹਦੇ 'ਚ ਨਿੰਜਾ ਬੈਕ 'ਤੇ ਨਾ ਤੁਹਾਡੀ ਛੋਟੀ ਉਮਰ ਦੀਆਂ ਹੈਗੀਆਂ ਜੋ ਤੁਸੀਂ ਬੜੇ ਥੋਥਲੇ ਜਿਹੇ ਹੁੰਦੇ ਸੀਗੇ ਉਦੋਂ ਦੀਆਂ ਵੀਡੀਓ ਸਾਨੂੰ ਦੇਖਣ ਨੂੰ ਮਿਲਦੀਆਂ ਅਤੇ ਨਿੰਜਾ ਨਿੰਜਾ ਕੋਲ ਵੀ ਇਹੋ ਜਿਹੀ ਵੀਡੀਓ ਪਹੁੰਚਦੀਆਂ ਤੁਹਾਡੇ ਯਾਰ ਦੋਸਤ ਨੂੰ ਭੇਜਦੇ ਰਹਿੰਦੇ ਦੇਖੋ ਜੇ ਮੇਰੇ ਕੋਲ ਹੈਗੇ ਨੇ ਸ਼ਾਇਦ ਤਾਂ ਹੀ ਅੱਗੇ ਜਾਂਦੀਆਂ ਨਹੀਂ ਮੈਨੂੰ ਲੱਗਦਾ ਨਹੀਂ ਤੁਹਾਡੀ ਸ਼ਾਇਦ ਕਈ ਵਾਰੀ ਤੁਹਾਡੀ ਨਿਗਾਹ 'ਚ ਨਹੀਂ ਹੁੰਦੀਆਂ ਤੁਹਾਨੂੰ ਬਾਅਦ 'ਚ ਮਿਲਦੀਆਂ ਅੱਛਾ ਕਈ ਵਾਰ ਜਿਹੜੀਆਂ ਮੇਰੇ ਕੋਲ ਮੇਰੀਆਂ ਚੀਜ਼ਾਂ ਹੁੰਦੀਆਂ ਨੇ ਮਤਲਬ ਜਿਹੜੀ ਮੂਮੈਂਟ ਮੈਂ 10 ਬੰਦੇ ਨਾਲ ਇੰਜੋਏ ਕੀਤੀ ਆ ਉਹ ਫਿਰ ਤੁਸੀਂ ਸੇਵ ਰੱਖੀ ਹੋਈ ਹੈ ਉਹ ਮੇਰੇ ਕੋਲ ਸੇਵ ਹੁੰਦੀ ਆ ਪਰ ਮੈਨੂੰ ਕਈ ਵਾਰ ਇਹ ਨਹੀਂ ਪਤਾ ਲੱਗਦਾ ਵੀ ਉਹ ਬਾਹਰ ਕਿਵੇਂ ਚਲੇ ਜਾਂਦੀ ਆ ਸਮਝ ਨਹੀਂ ਆਉਂਦੀ ਓਏ ਹੋਏ ਚੱਕਰ ਆ ਵੈਰੀ ਨਾਈਸ ਅੱਛਾ ਜਿਵੇਂ ਹੁਣ ਆਪਾਂ ਇਹ ਚੈਲੰਜ ਗਾਣੇ ਦੀ ਗੱਲ ਕਰਦੇ ਹਾਂ ਸੱਚ ਜਾਣੇ ਜਦੋਂ ਮੈਂ ਤਾਂ ਪਹਿਲਾ ਅੰਤਰਾ ਸੁਣਿਆ ਮੈਨੂੰ ਮਾਣਕ ਸਾਹਿਬ ਦੀ ਝਲਕ ਪਈ ਕੀ ਇਹ ਹੇਕ ਔਰ ਜਿਹੜੀ ਇਹ ਕੰਪੋਜੀਸ਼ਨ ਜਾਂ ਉਹ ਤਰੀਕਾ ਉਹ ਤੁਸੀਂ ਦਿਮਾਗ 'ਚ ਹੀ ਸੋਚਿਆ ਸੀ ਇਹਨੂੰ ਆਪਾਂ ਫੋਕ ਰੰਗ ਹੀ ਦੇਣਾ ਨਹੀਂ ਭਾਅ ਜੀ ਮੇਰੇ ਕੋਲ ਹੁਣ ਜੇ ਮੈਂ ਕਹਾਂ ਵੀ ਮੈਂ ਫੋਕ ਆਰਟਿਸਟ ਹਾਂ ਜੋ ਮੇਰੇ ਕੋਲ ਹੈਗਾ ਮੈਂ ਤਾਂ ਉਹੀ ਕਰ ਰਿਹਾ ਇਹਦੀ ਗੱਲ ਹਾਂ ਠੀਕ ਹੈ ਮੈਂ ਫੋਕ ਆਰਟਿਸਟ ਹਾਂ ਮੈਂ ਫੋਕ ਹੀ ਗਾਊਂਗਾ ਯੈਸ ਹੋਰ ਹੋ ਹੀ ਨਹੀਂ ਸਕਦਾ ਯੈਸ ਜੇ ਮੇਰਾ ਮੰਨ ਲਓ ਮੇਰਾ ਦਿਲ ਟੁੱਟਿਆ ਤਾਂ ਮੈਂ ਉਹੀ ਚੀਜ਼ ਗਾਊਂਗਾ ਜੇ ਮੈਂ ਖੁਸ਼ ਹਾਂ ਤਾਂ ਮੈਂ ਉਹੀ ਚੀਜ਼ ਕਰੂੰਗਾ ਜੋ ਆਰਟਿਸਟ ਹੁੰਦਾ ਐਕਚੁਅਲ ਉਹ ਗਾਣੇ ਦਾ ਔਰਾ ਤੁਹਾਨੂੰ ਦੱਸਦਾ ਵੀ ਆਰਟਿਸਟ ਨੇ ਕੀ ਕਰਨਾ ਹੈ ਜੇ ਮੈਂ ਇਹੀ ਚੀਜ਼ ਨੂੰ ਹੁਣ ਇੱਕ ਟ੍ਰੈਂਡ ਵੀ ਚੱਲਦਾ ਪਿਆ ਨਾ ਇੱਕ ਲੋ ਓਕਟੇਵ 'ਤੇ ਗਾ ਰਿਹਾ ਕੋਈ ਟੰਗ ਕੇ ਗਾ ਰਿਹਾ ਪਰ ਮੈਂ ਆਪਣੀ ਉਹ ਚੀਜ਼ ਕਿਉਂ ਲੁਕਾਵਾਂ ਕਿਉਂਕਿ ਮੈਨੂੰ ਕੋਈ ਹੈਗੀ ਹੈ ਅਤੇ ਮੈਂ ਤਾਂ ਗਾਊਂਗਾ ਇਹ ਵੀ ਗੱਲ ਹੈ ਅਤੇ ਮੈਂ ਉਹ ਚੀਜ਼ ਤਾਂ ਫਿਰ ਸਹੀ ਗੱਲ ਹੈ ਔਰ ਇਹਦਾ ਪਹਿਲਾ ਅੰਤਰਾ ਬੜਾ ਪਿਆਰਾ ਹੈ ਐਵੇਂ ਗੈਰਾਂ ਦੇ ਸਿਰਾਂ 'ਤੇ ਚੱਕੀਦਾਨੀ ਆਤ ਨੂੰ ਹਾਂ ਇੱਕ ਕਿਵੇਂ ਹੋ ਐਵੇਂ ਗੈਰਾਂ ਦੇ ਸਿਰਾਂ 'ਤੇ ਚੱਕੀਦਾਨੀ ਆਤ ਨੂੰ ਮੌਤ ਨਾਲ ਭਿੜੇ ਹੱਥ ਮਾਰ ਮੱਤ ਨੂੰ ਹੋਏ ਅਸੀਂ ਕਰਦੇ ਨੀ ਰਹਿਵੇਂ ਐਵੇਂ ਪਾਲੀ ਨਾ ਤੂੰ ਮਹਿਮ ਚੁੱਪ ਕਰ ਟੈਮ ਤੂੰ ਟਪਾਲਾ ਭਲਿਆ ਹੋ ਮਨ ਮਰਜੀ ਜੇ ਤਾਇਰੀ ਚੱਲਦੀ ਹੁੰਦੀ ਵਿਆਂ ਤੇ ਸੂਰਜਾਂ ਨੂੰ ਕਰੀ ਨਾ ਚੈਲੰਜ ਬੱਲਿਆ ਬਹੁਤ ਹੀ ਖੂਬ ਮਨ ਮਰਜ਼ੀ ਜੇ ਤੇਰੀ ਚੱਲਦੀ ਹੁੰਦੀ
ਦੀਵਿਆਂ ਤੇ ਮਰਜ਼ੀ ਜੇ ਤੇਰੀ ਚੱਲਦੀ ਹੋਊ ਦੀਵਿਆਂ ਤੇ ਚੱਲਦੀ ਹੋਊ ਦੀਵਿਆਂ ਤੇ ਸੂਰਜਾਂ ਨੂੰ ਕਰੀ ਨਾ ਚੈਲੰਜ ਬਲੇ ਯੈਸ ਯੈਸ ਇਹ ਆਪਣੇ ਆਪ ਚ ਲਾਈਨ ਲਾਈਨ ਹੀ ਮਤਲਬ ਜਿਵੇਂ ਤੱਥ ਨਹੀਂ ਹੁੰਦੇ ਹੈ ਨਾ ਜਿਹੜੀਆਂ ਜਦੋਂ ਕਿਤੇ ਪੜੀਆਂ ਜਾਣ ਸੁਣੀਆਂ ਜਾਣ ਉਹਨਾਂ ਚੇਤੇ ਰਹਿ ਜਾਂਦੀਆਂ। ਮੈਂ ਨਾ ਇੱਕ ਲਾਈਨ ਪੜ੍ਹਦਾ ਪਿਆ ਸੀਗਾ ਰਾਣਾ ਰਣਵੀਰ ਹੋਣਾ ਦੀ ਲਿਖੀ ਹੋਈ ਪੰਜਾਬੀ ਆਪਣੀ ਫਿਲਮਾਂ 'ਚ ਹੈ ਨਾ, ਬੜਾ ਕਮਾਲ ਦੇ ਕਿਰਦਾਰ ਉਹ ਨਿਭਾਉਂਦੇ ਆ, ਤੇ ਉਹਨਾਂ ਨੇ ਇੱਕ ਲਾਈਨ ਲਿਖੀ ਬੜੀ ਪਿਆਰੀ, ਸ਼ੀਸ਼ੇ ਸਭ ਦੇ ਤਿੜਕਦੇ ਨੇ, ਸ਼ੀਸ਼ਿਆਂ ਦਾ ਤਿੜਕਣਾ ਜ਼ਰੂਰੀ ਵੀ ਹੈ, ਸ਼ੀਸ਼ੇ ਸਭ ਦੇ ਤਿੜਕਦੇ ਨੇ, ਸ਼ੀਸ਼ਿਆਂ ਦਾ ਤਿੜਕਣਾ ਜ਼ਰੂਰੀ ਵੀ ਹੈ, ਪਰ ਤਿੜਕੇ ਸ਼ੀਸ਼ੇ ਨੂੰ ਵਰਤਿਆ ਕਿਵੇਂ ਜਾਵੇ ਉਹ ਤੈਅ ਕਰਦਾ ਤੁਹਾਡੇ ਅਗਲੇ ਸਫ਼ਰ ਨੂੰ। ਕਿਆ ਬਾਤ ਹੈ, ਅਤੇ ਤਿੜਕੇ ਸ਼ੀਸ਼ਿਆਂ ਦੇ ਦੌਰ 'ਚ ਤਾਂ ਤੁਸੀਂ ਗੁਜ਼ਰੇ ਹੋ, ਉਹ ਦੌਰ ਨਿੰਜੇ ਨੇ ਦੇਖਿਆ ਹੈ, ਅਤੇ ਵਾਕਈ ਅਤੇ ਉਹ ਜੇ ਮੈਂ ਉਸ ਦੌਰ ਦੀ ਗੱਲ ਕਰਾਂ ਤਾਂ ਉਹ ਕਹਿੰਦੇ ਹੁੰਦੇ ਨਾ ਕਿ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ, ਸਦਾ ਪਿਆਰ ਨਾਲ, ਸ਼ੌਕ ਜਾਂ ਲਾਲਚ ਜਾਂ ਡੰਡੇ ਨਾਲ, ਪਰ ਇੱਕ ਤਰੀਕਾ ਹੋਰ ਵੀ ਹੁੰਦਾ, ਮਿਹਣੇ 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 ਮਿਹਣੇ, ਅਤੇ ਨਿੰਜਾ ਵੀ ਮਿਹਣੇ 'ਚੋਂ ਗੁਜ਼ਰਿਆ। ਮਿਹਣੇ ਤਾਂ ਬਸ ਜ਼ਿੰਦਗੀ ਦਾ ਇੱਕ ਵਨ ਆਫ ਦਾ ਬੈਸਟ ਪਾਰਟ ਰਹੇ ਨੇ ਵੈਸੇ ਤਾਂ ਮੇਰੇ, ਕਿਉਂਕਿ ਜੇ ਜ਼ਿੰਦਗੀ 'ਚ ਤਾਨੇ ਮਿਹਣੇ ਨਾ ਹੋਣ ਤਾਂ ਬੰਦੇ ਦੀ ਨਾ ਇੱਕ ਆ ਜਿਹੜੇ ਅੰਦਰਲਾ ਜ਼ਮੀਰ ਆ ਉਹ ਕੰਮ ਨਹੀਂ ਕਰਦਾ, ਸਪਾਰਕ ਹੁੰਦਾ ਨਾ। ਡੰਡੇ ਨਾਲ ਤਾਂ ਜਾਨਵਰ ਵੀ ਨੱਚਦਾ ਭਾਜੀ, ਡੰਡੇ ਨਾਲ ਨੱਚਿਆ ਤਾਂ ਫਿਰ ਓਨਾ ਕੀ ਰਹਿੰਦਾ, ਓਨਾ ਕੀ ਰਹਿੰਦਾ, ਓਨਾ ਕੀ ਵਿੱਚ। ਮੰਨ ਲਓ ਤੁਸੀਂ 10 ਡੰਡੇ ਮਾਰੇ, 10 ਤੁਸੀਂ ਕਹਿ ਤਾ ਉੱਠਣਾ, ਬਹਿਣਾ, ਸੌਣਾ, ਖਾਣਾ, ਪੀਣਾ, ਤੋ 10 ਦਾ ਉਹੀ ਉਹਦਾ ਔਰਾ ਰਹਿ ਗਿਆ। ਪਿਆਰ ਨਾਲ ਬੰਦਾ ਕਹੂਗਾ ਚੱਲ ਯਾਰ ਇੱਕ ਵਾਰੀ ਕਰ ਲਾ, ਦੋ ਵਾਰੀ ਕਰ ਲਾ, ਤਿੰਨ ਵਾਰੀ ਕਰ ਲਾ। ਜਿਹੜੇ ਮਿਹਣੇ ਨੇ ਨਾ, ਮਿਹਣੇ ਬੰਦੇ ਨੂੰ ਸਾਰੀ ਉਮਰ ਬਹੁਤ ਕੁਛ ਯਾਦ ਰੱਖਦੇ ਨੇ, ਬਹੁਤ ਕੁਛ ਯਾਦ ਕਰਾਉਂਦੇ। ਔਰ ਮੈਂ ਕਹਿੰਦਾ ਜਦੋਂ ਮਿਹਣੇ ਦੁਬਾਰਾ ਵੀ ਬੰਦਾ ਤੁਸੀਂ ਹੁਣ ਵੀ ਯਾਦ ਕਰਦੇ ਹੋਵੋਗੇ। ਔਰ ਸਭ ਤੋਂ ਵੱਡੀ ਗੱਲ ਪਤਾ ਕਿ ਮਿਹਣੇ ਵਾਲੇ ਜਦੋਂ ਮੂੰਹ ਬਦਲਦੇ ਨੇ ਨਾ ਉਦੋਂ ਬੜਾ ਸਵਾਦ ਆਉਂਦਾ। ਹੋਏ ਹੋਏ, ਮਿਹਣੇ ਵਾਲੇ ਜਦੋਂ ਮੂੰਹ ਕਹਿੰਦੇ ਵੀ ਯਾਰ ਇਹਦੇ ਤੋਂ ਵਰਗਾ ਤਾਂ ਘੈਂਟ ਬੰਦਾ ਹੀ ਨਹੀਂ ਸੀ, ਤਾਂ ਫਿਰ ਉਦੋਂ ਜ਼ਿਆਦਾ ਉਦੋਂ ਕਹਿੰਦਾ ਵੀ ਹਾਂ ਹੁਣ ਜਿੱਥੇ ਚਾਹੁੰਦੇ ਸੀ ਉੱਥੇ ਪਹੁੰਚ ਗਏ। ਹਾਂ ਇਹ ਗੱਲਾਂ ਤੇ ਹੋਏ ਹੋਏ। ਅਤੇ ਜੇ ਮੈਂ ਬਿਨਾਂ ਨਾਮ ਲਏ ਸਭ ਤੋਂ ਵੱਡੇ ਮਿਹਣੇ ਦੀ ਗੱਲ ਕਰਾਂ, ਕਿਹੜਾ ਨਿੰਜਾ ਉਹ ਕਿਹੜਾ ਹੋਊਗਾ ਜਿਹੜਾ ਖੂਨ ਖੋਲਦਾ ਥੋੜ੍ਹਾ ਅੱਜ ਵੀ ਉਹ ਸੁਣ ਕੇ, ਪਰ ਨੋ ਡਾਊਟ ਰੱਬ ਦੀਆਂ ਬਖਸ਼ਿਸ਼ਾਂ ਐਸੀਆਂ ਨੇ। ਕੋਈ ਮਿਹਣਾ ਗਵਾ ਕੇ, ਮੈਂ ਤੁਹਾਨੂੰ ਦੱਸਦਾ ਇੱਕ ਲਾਈਵ ਸਟੇਜ 'ਤੇ ਮੇਰੇ ਨਾਲ ਹੋਇਆ ਸੀਗਾ ਅਗਰ ਸਿਸਟਮ ਇੱਦਾਂ ਦਾ, ਕਹਿੰਦੇ ਇਹਨੂੰ ਗਵਾ ਕੇ ਭੀੜ ਥੋੜ੍ਹੀ ਨਾ ਭਜਾਉਣੀ ਆ ਉਹ ਤੇਰੀ। ਅੱਛਾ, ਮੈਂ ਕਿਹਾ ਚਲੋ, ਮੇਰੇ ਦੋਸਤ ਨੂੰ ਮੇਰੇ ਯਾਰ ਸੀਗੇ ਜਿਹੜੇ, ਉਹ ਕਹਿੰਦੇ ਵੀ ਚੱਲ ਆਪਾਂ ਗਾਉਣਾ ਨਹੀਂ ਚੱਲੀਏ, ਮੈਂ ਚਲੋ ਚੱਲਦੇ ਹਾਂ। ਉਹ ਕਿਤੇ ਮੇਰਾ ਲੁਧਿਆਣੇ ਪ੍ਰੋਗਰਾਮ ਸੀ, ਉਹ ਜਿਨ੍ਹਾਂ ਨੇ ਕਿਹਾ ਸੀ ਉਹ 5-7 ਜਣੇ ਮੂਹਰੇ ਲਾਈਨ 'ਚ ਲੈ ਕੇ ਬੈਠੇ ਸੀ, ਅਤੇ ਫਿਰ ਮੈਂ ਉਦੋਂ ਸਟੇਜ 'ਤੇ ਵੀ ਕਹੀ ਸੀ ਗੱਲ, ਮੈਂ ਦਿਲ 'ਚ ਨਹੀਂ ਰੱਖਦਾ ਪਰ ਕਿਸੇ ਦੀ ਭੁੱਲਦਾ ਵੀ ਨਹੀਂ। ਅਤੇ ਫਿਰ ਉਹ ਨਹੀਂ ਬਾਈ ਹੈ ਸਾਡਾ ਇੱਦਾਂ ਨਹੀਂ ਸੀ, ਮੈਂ ਕਿਹਾ ਚਲੋ ਯਾਰ ਹੁਣ ਤਾਂ ਹੋ ਗਿਆ, ਮੂੰਹ ਕੱਢੀ ਗੱਲ ਅਤੇ ਨਿਕਲਿਆ ਤੀਰੋ ਕਮਾਣ, ਕਿੱਥੇ ਮੁੜਦਾ, ਕਿੱਥੇ ਮੁੜਦਾ। ਤਾਂ ਕਹਿਤਾ ਤੁਸੀਂ, ਕਹਿਤਾ ਮੈਂ ਸੁਣ ਲਿਆ, ਮੈਂ ਪ੍ਰੂਵ ਕਰਤਾ, ਫਰਕ ਇੰਨਾ ਜੇ ਮੈਂ ਨਾ ਕਰਦਾ ਤਾਂ ਤੁਸੀਂ ਰੌਲਾ ਲੋਕਾਂ 'ਚ ਰੌਲਾ ਪਾ ਕੇ ਕਿਉਂ ਸਹੀ ਕਹਿੰਦੇ ਜਿਹਨਾਂ ਵਿੱਚ ਇਹਨੂੰ ਗਵਾ ਕੇ ਭੀੜ ਤੁਰਨਾ ਭਜਾਉਣੀ ਆ, ਬਹੁਤ ਗੱਲਾਂ ਨੇ। ਚਲੋ ਪਰ ਇਹ ਹੈ ਕਿ ਵੀ ਜਦੋਂ ਉਹ ਚੀਜ਼ ਤੋਂ ਤੁਸੀਂ ਗੁਜ਼ਰੇ ਹੋ ਤਾਂ ਹੀ ਅੱਜ ਦੇ ਇਹ ਟਾਈਮ ਨੂੰ ਤੁਸੀਂ ਮਾਣ ਰਹੇ ਹੋ, ਜੇ ਆਪਾਂ ਗੱਲ ਕਰੀਏ, ਹੈ ਨਾ। ਮਾਣ ਵੀ ਰਹੇ, ਪਰ ਭਾਜੀ ਮੈਂ ਅੱਜ ਤੁਹਾਨੂੰ ਅਹਿਸਾਸ ਡਿਫਰੈਂਸ ਦਾ ਪਤਾ ਲੱਗਦਾ, ਨੂੰ ਬਹੁਤ ਘੱਟ ਫੀਲ ਕਰਦਾ ਮੈਂ ਇਸ ਚੀਜ਼ ਨੂੰ, ਇੰਜੋਏ ਬਹੁਤ ਘੱਟ ਕਰਦਾ ਕਿਉਂਕਿ ਮੇਰੇ ਸਿਰ 'ਤੇ ਬਹੁਤ ਜ਼ਿਆਦਾ ਜ਼ਿੰਮੇਦਾਰੀਆਂ ਬਣ ਜਾਂਦੀਆਂ ਨੇ, ਕਿਉਂਕਿ ਇੰਜੋਏ ਉਦੋਂ ਹੁੰਦਾ ਵੀ ਜੇ ਮੈਂ ਅੱਜ ਇੰਜੋਏ ਮੂਡ 'ਚ ਚਲਾ ਜਾਵਾਂ ਨਾ, ਅਤੇ ਇੰਜੋਏ ਮੂਡ 'ਚ ਕੰਫਰਟ ਜ਼ੋਨ ਬਹੁਤ ਹੁੰਦੇ ਨੇ, ਕੰਫਰਟ ਜ਼ੋਨ ਦੇ ਵਿੱਚ ਤੁਸੀਂ ਆਪਣੇ ਗੋਲ ਤੱਕ ਨਹੀਂ ਪਹੁੰਚ ਸਕਦੇ, ਤੁਹਾਨੂੰ ਓਨਾ ਉਸੇ ਲੈਵਲ 'ਤੇ ਕੱਢਣਾ ਪੈਂਦਾ। ਯੈਸ, ਵੀ ਇਹ ਜ਼ਰੂਰੀ ਨਹੀਂ ਵੀ ਜੇ ਤੁਸੀਂ ਅੱਜ ਵੀ ਦੁੱਧ ਹੈ ਦੁੱਧ 'ਚੋਂ ਬਹੁਤ ਕੁਛ ਨਿਕਲਦਾ, ਪਾੜ ਲਓ ਪਨੀਰ ਬਣ ਜਾਂਦਾ, ਕਾੜ ਲਓ ਮੱਖਣ, ਉਹ ਤੋਂ ਬਾਅਦ ਲੱਸੀ ਕੀ ਕੋ, ਉਹ ਤਾਂ ਫਿਰ ਤੁਹਾਡੀਆਂ ਫਾਰਮ ਬਦਲਦੀਆਂ ਰਹਿੰਦੀਆਂ ਨੇ। ਫਿਰ ਇਹ ਵੀ ਦੇਖੋ ਨਾ, ਦੁੱਧ ਇੱਕ ਮੇਨ ਦੁੱਧ ਹੈ, ਦੁੱਧ ਪਨੀਰ ਨੇ ਆਪਣਾ ਅਸਰ ਦੇਣਾ, ਲੱਸੀ ਨੇ ਆਪਣਾ ਦੇਣਾ, ਘਿਓ ਨੇ ਆਪਣਾ ਦੇਣਾ, ਅਤੇ ਖੋਏ ਨੇ ਆਪਣਾ ਦੇਣਾ। ਗੱਲ ਵੀ ਸਹੀ ਹੈ। ਸੋ ਇਹ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ, ਉਹ ਤਾਂ ਉਸੇ ਲੈਵਲ 'ਤੇ ਬਣਦਾ ਤਾਂ ਸਾਰਾ ਕੁਛ ਕੜਕੇ ਹੀ ਆ ਨਾ, ਕੜਕੇ ਹੀ, ਇਹ ਗੱਲ। ਹਾਂ, ਕੱਢਦੇ ਰਹੋ ਬਸ, ਸਹੀ ਗੱਲ ਹੈ, ਗੱਲ ਵੀ ਸਹੀ ਹੈ, ਸਹੀ ਗੱਲ ਹੈ। ਚਲੋ ਹਜੇ ਤਾਂ ਸਫ਼ਰ 'ਚ ਹੀ ਹੋ, ਸਫ਼ਰ ਜਾਵਾਂ, ਹਜੇ ਦੌੜ 'ਚ ਆ, ਹਜੇ ਤਾਂ ਕਹਿੰਦੇ ਵੀ ਨਾਮ ਜਦ ਹੋਇਆ, ਹਜੇ ਹਜੇ ਭੱਜੇ ਨਹੀਂ, ਜਦੋਂ ਭੱਜੇ ਉਦੋਂ ਪਤਾ ਲੱਗੂ ਕਿਤੇ ਤੱਕ ਜਾਵਾਂਗੇ। ਸਹੀ ਗੱਲ ਹੈ। ਅੱਛਾ, ਅਤੇ ਨਿੰਜੇ ਵੀਰੇ ਜਿਵੇਂ ਤੁਹਾਡਾ ਆਪਣਾ ਰੂਟੀਨ ਇੰਨਾ ਬਿਜ਼ੀ ਹੈਗਾ ਕਿਉਂਕਿ ਤੁਹਾਡਾ ਇੱਕ ਆਪਣਾ ਪ੍ਰੋਫੈਸ਼ਨ ਹੈ, ਕੀ ਤੁਸੀਂ ਆਮ ਅਖਬਾਰ ਪੜ੍ਹਨ ਦਾ ਸ਼ੌਕ, ਸਪੋਰਟਸ ਦਾ ਸ਼ੌਕ, ਉਹਦੇ ਲਈ ਹੈ ਸ਼ੌਕ ਤੁਹਾਡੇ ਆਪਣੇ, ਜਾਂ ਤੁਸੀਂ ਸ਼ੌਕ ਮਾਰ ਲਏ? ਨਾ 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 ਨਾ, ਮੈਂ ਇੱਕ ਚੀਜ਼ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਮੈਨੂੰ, ਮੈਂ ਕਦੀ ਵੀ ਮੈਂ ਉਹੋ ਜਿਹਾ ਕੰਮ ਨਹੀਂ ਕਰਦਾ ਆਪਣੇ, ਮਤਲਬ ਮੈਂ ਅੱਜ ਵੀ ਇਹ ਨਹੀਂ ਕਿ ਮੈਂ ਅੱਜ ਮੈਂ ਨੰਜਾ ਹੋ ਗਿਆ ਅਤੇ ਮੈਂ ਬੰਦੇ ਨੂੰ ਬੰਦਾ ਸਮਝਣ ਹਟ ਜਾ। ਤੁਸੀਂ ਮੇਰਾ ਲਿਵਿੰਗ ਸਟਾਈਲ ਦੇਖੋਗੇ, ਮੈਂ ਅੱਜ ਵੀ ਆਪਣੇ ਯਾਰਾਂ ਦੋਸਤਾਂ ਨਾਲ ਜੇ ਜਾਣਾ ਤਾਂ ਮੈਂ ਮਿੰਟ ਨਹੀਂ ਲਾਉਂਦਾ, ਗੱਦਾ ਥੱਲੇ ਵਿਛਾਇਆ ਪੂੰਜੀ ਸੌਂ ਗਿਆ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਹਮੇਸ਼ਾ ਆਪਣੇ ਆਪ ਨੂੰ ਉਸ ਹਿਸਾਬ ਨਾਲ ਮੇਨਟੇਨ ਕੀਤਾ ਹੈ ਵੀ ਕੱਲ੍ਹ ਨੂੰ ਰੱਬ ਨਾ ਕਰੇ ਜੇ ਮੇਰੀ ਜ਼ਿੰਦਗੀ 'ਚ ਕੁਛ
ਮਾਈਨਸ ਪੁਆਇੰਟ ਆਉਂਦਾ ਵੀ ਹੈ ਨਾ, ਤਾਂ ਮੈਨੂੰ ਉਸ ਚੀਜ਼ ਦੀ ਆਦਤ ਪਈ ਰਹੇ, ਕਿਤੇ ਮੈਂ ਨਾ ਕਹਾਂ ਵੀ ਸ਼ਾਇਦ ਜੇ ਅੱਜ ਮੈਂ ਗੱਦੇ 'ਤੇ ਸੁੱਤਾਂ ਤਾਂ ਮੈਨੂੰ ਉਹ, ਕਿਉਂਕਿ ਰੱਬ ਕੀ ਪਤਾ, ਰੱਬ ਕਈ ਵਾਰ ਤਾਂ ਜ਼ਮੀਨ ਵੀ ਨਹੀਂ ਮਿਲਦੀ, ਅਤੇ ਉਸ ਚੀਜ਼ ਨੂੰ ਆਪਣੇ ਆਪ ਨੂੰ ਉਸ ਤਰੀਕੇ ਨਾਲ ਬਣਾ ਕੇ ਰੱਖੋ, ਉਸ ਤਰੀਕੇ ਲਈ, ਉਸ ਚੀਜ਼ ਲਈ ਬਣ ਕੇ ਰਹੋ ਵੀ ਜਿਸ ਚੀਜ਼ ਦੇ ਵਿੱਚ ਤੁਸੀਂ ਹਮੇਸ਼ਾ ਸਰਵਾਈਵ ਕਰ ਸਕਦੇ ਹੋ। ਕਦੀ ਉਹ ਨਾ ਹੋਵੇ ਵੀ ਅੱਜ ਮੈਂ ਗੱਡੀ 'ਚ ਉਤਰਿਆ ਅਤੇ ਨਾ ਕੱਲ੍ਹ ਨੂੰ ਬੱਸ 'ਚ ਬਹਿਣ ਜੋਗਾ ਮੇਰਾ ਵਾ ਹੀ ਨਾ, ਅਤੇ ਉਹ ਚੀਜ਼ ਮੈਂ ਕਰਦਾ ਰਹਿੰਦਾ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਬਹੁਤ ਉਹ ਹਾਂ ਵੀ ਓਰੀਜਿਨਲ ਜਿੰਨਾ ਕੇ ਜੋ ਹੈਗਾ ਭਾਅ ਜੀ, ਮੈਂ ਅੱਜ ਪ੍ਰਭਾਵ ਪਾਈ ਜਾਵਾਂ ਤੁਹਾਡੇ 'ਤੇ ਵੀ ਕਿੱਦਾਂ ਕਿਵੇਂ ਕਿਉਂ, ਕੱਲ੍ਹ ਨੂੰ ਤੁਸੀਂ ਵੀ ਮੇਰੇ ਮੈਨੂੰ ਦੇ ਕੇ ਮੱਥੇ ਵੱਟ ਪਾਓਗੇ, ਦੋ ਚਾਰ ਗੱਲਾਂ ਹੀ ਕਰੋਗੇ ਵੀ ਤੁਹਾਡੀ ਜੋਬ ਹੈ, ਤੁਸੀਂ ਜੋਬ ਕਰਨੀ ਹੈ ਅਤੇ ਮੇਰਾ ਤੁਸੀਂ ਮੈਂ ਆਇਆ ਤੁਹਾਡੇ ਕੋਲ, ਆਪਣਾ ਕੀਤਾ ਗੱਲ ਖਤਮ। ਪਰ ਇੱਕ ਚੀਜ਼ ਹੈ ਨਾ ਵੀ ਗੱਲ ਗੱਲ 'ਚ ਜਦੋਂ ਜ਼ਿਕਰ ਹੁੰਦਾ ਨਾ, ਮਜ਼ਾ ਉਸ ਗੱਲ ਦਾ, ਸਾਨੂੰ ਬੈਠੇ ਨੂੰ ਤੁਸੀਂ ਰਾਣਾ ਭਾਈ ਦੀ ਗੱਲ ਕੀਤੀ, ਕੱਲ ਨੂੰ ਕਿਸੇ ਕੋਲ ਬੈਠੇ ਜਦੋਂ ਮੇਰੀ ਕੋਈ ਗੱਲ ਚੱਲੀ ਜਾਂ ਤੁਸੀਂ ਕੋਈ ਜ਼ਿਕਰ ਕਰੋਗੇ, ਉਹ ਕਮਾਈ ਆ, ਉਹ ਫੀਲ ਆ, ਉਹ ਆਰਟਿਸਟ ਆ। ਯੈਸ 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 ਯੈਸ, ਸਹੀ ਗੱਲ ਹੈ। ਅੱਛਾ ਵੈਸੇ ਸੱਚੀ ਸੱਚੀ ਦੱਸਿਓ, ਮੈਂ ਇੰਨੀਆਂ ਡੂੰਘੀਆਂ ਗੱਲਾਂ ਕਿੱਦਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨਾ ਸਿਆਣਾ ਮੈਂ ਹੈ ਨਹੀਂਗਾ, ਜਿਹੜੀਆਂ ਗੱਲਾਂ ਨਿਕਲ। ਪਰ ਮੈਂ ਅਕਸਰ ਕਹਿੰਦਾ ਉਹਨਾਂ ਗੱਲ ਦਿਲੋਂ ਕੱਢੋ, ਬਾਕੀ ਰੱਬ 'ਤੇ ਛੱਡੋ। ਨਹੀਂ ਨਹੀਂ, ਜ਼ਰੂਰੀ ਹੈ ਬਾਜੀ, ਜ਼ਰੂਰੀ ਹੈ। ਅਤੇ ਨਿੰਜੇ ਸੋਚ ਕੇ ਦੇਖਿਓ, ਹੁਣ ਤੁਹਾਨੂੰ ਥੋੜ੍ਹਾ ਜਿਹਾ ਨਾ ਦਿਮਾਗ ਦਾ ਮੀਟਰ ਘੁਮਾਉਣਾ ਪੈਣਾ, ਵਜ਼ਨ ਥੋੜ੍ਹਾ ਪਾਉਣਾ ਪੈਣਾ ਦਿਮਾਗ 'ਤੇ। ਕਿੰਨੇ ਦਿਨ ਪਹਿਲਾਂ, ਕਿਹੜਾ ਦਿਨ, ਕੋਈ ਦਿਨ ਐਸਾ ਹੀ ਆ ਤਾਂ, ਕਿੰਨੇ ਦਿਨ ਪਹਿਲਾਂ ਦਾ ਉਹ ਦਿਨ ਰਿਹਾ ਸੀਗਾ ਜਦੋਂ ਪੂਰਾ ਦਿਨ ਨਿੰਜਾ, ਜਦੋਂ ਬਾਹਰ ਸੀ ਤਾਂ ਨਿੰਜਾ ਨੂੰ ਕਿਸੇ ਨੇ ਪਛਾਣਿਆ ਨਹੀਂ ਸੀਗਾ, ਉਹ ਕਿੰਨੇ ਦਿਨ ਪਹਿਲਾਂ ਦੀ ਗੱਲ ਕਰ ਰਿਹਾ ਮੈਂ? ਮੈਂ ਤੁਹਾਨੂੰ ਦੱਸਦਾ, ਤਾਂ ਮੈਂ ਨਾ ਰੀਸੈਂਟਲੀ ਹੁਣੇ ਹੀ ਹੋ ਕੇ ਹਟਿਆ। ਕਿੱਥੇ ਸੀਗਾ ਮੈਂ? ਇੰਡੀਆ ਨਹੀਂ ਹੋਣੇ ਫਿਰ? ਨਹੀਂ, ਇੰਡੀਆ ਹੀ ਸੀਗਾ ਯਾਰ ਮੈਂ, ਪੰਜਾਬ 'ਚ ਹੀ ਸੀ। ਹਾਂ ਉਹ ਤੇਰੀ, ਮੈਂ ਚੰਡੀਗੜ੍ਹ 'ਚ ਹੀ ਸੀਗਾ, JW ਸੀਗਾ ਮੈਂ। ਦੀਪ ਸਿੱਧੂ ਵੀਰਾ ਵੀਰੇ ਹੁਣੀ ਆਏ ਹੋਏ ਸੀਗੇ, ਵੀਰੇ ਨੇ ਮੈਨੂੰ ਫੋਨ ਕੀਤਾ ਵੀ ਆ ਜਾਓ ਵੀ ਆਪਾਂ ਮਿਲਣਾ। ਮੈਂ JW ਗਿਆ, ਅਤੇ ਵੈਸੇ ਮੈਂ ਜਿੱਦਾਂ ਪਿਆ ਸੀਗਾ ਮੈਂ ਉੱਦਾਂ ਹੀ ਉੱਠ ਕੇ ਚਲਾ ਗਿਆ। ਅੱਛਾ। ਅਤੇ ਮੈਂ ਗਿਆ ਜਾ ਕੇ ਹੱਥ ਮਿਲਾਇਆ, ਵੀਰੇ ਨੂੰ ਮਿਲਿਆ, ਅਤੇ ਉਹ ਕਹਿੰਦੇ ਨਿੰਜਾ ਦੇਖਿਆ। ਮੈਂ ਕਿਹਾ ਠੀਕ ਆ, ਨਹੀਂ ਪਛਾਣਿਆ ਤੁਹਾਨੂੰ ਮੈਂ ਕੀ ਕਰਾਂ, ਚੰਡੀਗੜ੍ਹ ਦੀ ਗੱਲ ਹੈ, ਚੰਡੀਗੜ੍ਹ ਦਾ ਹੀ ਬੰਦਾ। ਅਤੇ ਇਹ ਦੇਖਿਆ ਮੇਰੇ ਵਾਲਾ, ਕੋਈ ਚੱਕ ਫਿਰ ਨਹੀਂ ਪਛਾਣਿਆ ਤਾਂ ਹੁਣ ਨਹੀਂ ਪਛਾਣਿਆ, ਸ਼ਾਇਦ ਮਿਹਨਤ ਘੱਟ ਆ, ਉੱਥੇ ਤੱਕ ਰੀਚ ਹੈ ਨਹੀਂ। ਨਹੀਂ ਨਹੀਂ, ਉੱਥੇ ਤੱਕ ਰੀਚ ਹੈ ਨਹੀਂ, ਪਰ ਨਹੀਂ ਇਹਦੇ ਕਾਰਨ ਤਾਂ ਕਈ ਹੋ ਸਕਦੇ। ਨਹੀਂ ਨਹੀਂ ਬਾਜੀ, ਜਾਂ ਤਾਂ ਤੁਸੀਂ ਉਸ ਟਾਈਮ ਉੱਠ ਕੇ ਆ ਗਏ, ਨਹੀਂ ਬਣ ਠਾਣ ਗਏ, ਜਾਂ ਤਾਂ ਇਹ ਹੋ ਸਕਦਾ। ਹਾਂ ਬਾਜੀ, ਇੱਕ ਨਿੰਜੇ ਨੂੰ ਪਛਾਣਨਾ ਤਾਂ ਸਭ ਤੋਂ ਜ਼ਿਆਦਾ ਸੌਖਾ ਸੌਖਾ। ਹਾਂ, ਨਿੰਜਾ ਤਾਂ ਸਭ ਤੋਂ ਸੌਖਾ ਪਛਾਣਿਆ ਜਾਂਦਾ, ਓਵਰਲੁੱਕ ਜਿਹੜਾ ਜਿਹੜਾ ਲੁੱਕ ਹੈਗਾ, ਜੋ ਲੁੱਕ ਹੈਗਾ। ਹਾਂ ਹਾਂ, ਇਹ ਵੀ ਗੱਲ ਹੈ। ਅਤੇ ਉਹ ਇਹਦੇ ਵਿੱਚ ਇਹ ਥੋੜ੍ਹੇ ਦਾ ਵੀ ਮੈਂ ਹੁਣ ਕਹਾਂ, ਮੈਂ ਘਰੇ ਜਾ ਕੇ ਸੋਚਾਂ ਵੀ ਯਾਰ ਮੈਨੂੰ ਪਛਾਣਿਆ ਕਿਉਂ ਨਹੀਂ, ਮੈਂ ਦੇਖਿਆ ਕਿਉਂ ਨਹੀਂ, ਜਾਂ ਮਿਲਿਆ ਕਿਉਂ ਨਹੀਂ। ਹੁਣ ਮਾਨ ਸਾਹਿਬ ਨੂੰ ਕਿਸੇ ਨੇ ਪੁੱਛ ਲਿਆ ਸੀ ਇੰਟਰਵਿਊ 'ਚ ਵੀ, ਮਾਨ ਸਾਹਿਬ ਤੁਸੀਂ ਕਦੀ ਦਿੱਲੀ ਗਏ ਹੋ? ਅੱਛਾ, ਇਹ ਕੀ ਗੁਰਦਾਸ ਮਾਨ ਸਾਹਿਬ ਨੂੰ? ਹਾਂ ਹਾਂ ਹਾਂ, ਵੀ ਕੋਈ ਐਂਕਰ ਸੀਗੇ ਵੀ ਉਹਨਾਂ ਨੇ ਕਿਤੇ, ਹੁਣ ਉਹਨਾਂ ਉਹਨਾਂ ਵਰਗਾ ਤਾਂ ਕੌਣ ਬਣ ਸਕਦਾ ਜੀ? ਨੋ ਡਾਊਟ। ਉਹਨਾਂ ਨੇ ਉਹਨਾਂ ਨੂੰ ਕੋਈ ਕਹਿੰਦਾ, ਕਹਿੰਦਾ ਮਾਨ ਸਾਹਿਬ ਤੁਸੀਂ ਕਦੀ ਦਿੱਲੀ ਗਏ ਹੋ? ਤੇਰੀ ਇਹ ਕੀ, ਇਹ ਬਹੁਤ ਬਹੁਤ ਹੋਈ ਸੀ ਗੱਲ। ਅੱਛਾ ਅੱਛਾ, ਕਈ ਵਾਰ ਮੈਂ ਉਹਨਾਂ ਦੀ ਇੰਟਰਵਿਊ 'ਚ ਸੁਣੀ ਆ ਗੱਲ। ਅੱਛਾ, ਅਤੇ ਹੁਣ ਮੈਂ ਉਹ ਗਾਂ ਕੀ ਕਹਿੰਦੇ, ਕੀ ਕਹਿੰਦੇ ਹੁਣ ਉਹਨਾਂ ਨੇ ਕਿਹੜਾ ਖੁੰਜਾ ਛੱਡਿਆ, ਕੀ ਛੱਡਿਆ? ਗੱਲ ਵੀ ਸਹੀ, ਗੱਲ ਵੀ ਸਹੀ, ਕੀ ਛੱਡਿਆ, ਕੀ ਸਵਾਲ ਸੀ, ਸਹੀ ਗੱਲ ਹੈ। ਅਤੇ ਅੱਛਾ ਅੱਛਾ, ਜੇ ਮੈਂ ਨਿੰਜਾ ਗੱਲ ਕਰਾਂ, ਲਾਸਟ ਬੱਸ ਦਾ ਸਫ਼ਰ ਕਦੋਂ ਕੀਤਾ ਸੀ? ਲਾਸਟ ਦਾ ਬੱਸ ਮੈਂ ਭਾਜੀ, ਟ੍ਰੇਨ ਦਾ ਤਾਂ ਮੈਨੂੰ ਯਾਦ ਆ, ਬੱਸ ਦਾ ਮੈਨੂੰ ਯਾਦ ਨਹੀਂ ਹੈ। ਬੱਸ ਕਈ ਸਾਲਾਂ ਦੇ ਸਾਲ ਹੀ ਬੀਤ ਗਏ ਹੁਣ। ਨਹੀਂ ਨਹੀਂ ਭਾਜੀ, ਬੱਸ ਦਾ ਤਾਂ ਮੈਂ 2016 'ਚ ਹੀ ਕੀਤਾ ਸੀ, ਗਏ ਸੀਗੇ ਪ੍ਰੋਗਰਾਮ ਲਾਉਣ ਕਾਸ਼ੀਪੁਰ ਮੇਬੀ, ਅਸੀਂ ਫਿਰ ਜਾਣ ਬੁੱਝ ਕੇ ਟ੍ਰੇਨ 'ਚ ਗਏ ਸੀਗੇ, ਅਸੀਂ ਮੈਂ ਇਹ 'ਚ ਜਾਵਾਂਗੇ। ਅੱਛਾ, ਸ਼ੌਕ ਹੀ ਆ, ਵੈਸੇ ਹੀ ਗਏ ਸੀ। ਅਤੇ ਬੱਸ ਦਾ ਮੈਂ ਕੀਤਾ ਸੀਗਾ ਆਈ ਥਿੰਕ 2-3 ਸਾਲ ਹੋ ਗਏ ਭਾਜੀ, ਮੈਂ ਇੱਥੋਂ ਚੰਡੀਗੜ੍ਹ ਲੁਧਿਆਣੇ ਗਿਆ ਹੋਊਗਾ ਔਰਬਿਟ, ਇਹਦੇ ਵਿੱਚ ਜਿਹੜੀਆਂ ਵਾਲਵ ਵਾਲੀਆਂ ਬੱਸਾਂ। ਵੈਰੀ ਨਾਈਸ। ਅੱਛਾ, ਮੈਂ ਨਾ ਜਦੋਂ ਇਹ ਗਾਣਾ ਸੁਣ ਰਿਹਾ ਸੀਗਾ ਚੈਲੰਜ, ਮੈਨੂੰ ਉੱਥੋਂ ਪਤਾ ਲੱਗਿਆ ਜਦੋਂ ਇਹਦਾ ਦੂਜਾ ਅੰਤਰਾ ਆਉਂਦਾ, ਫਿਰ ਪਤਾ ਲੱਗਿਆ ਅੱਛਾ ਇਹ ਸਿੱਧੂ ਮੂਸੇਵਾਲੇ ਦਾ ਲਿਖਿਆ ਹੋਇਆ ਗਾਣਾ। ਅਤੇ ਇਹ ਇਹ ਅੱਜ ਕੱਲ੍ਹ ਨੋ ਡਾਊਟ ਸਿੱਧੂ ਮੂਸੇਵਾਲੇ ਦੀ ਜਿਹੜੇ ਲਿਖਣੀ ਹੈਗੀ ਹੈ ਬੜੀ ਡਿਫਰੈਂਟ ਤਰ੍ਹਾਂ ਦੀ ਹੈ, ਔਰ ਉਹ ਆਪਣੇ ਆਪ 'ਚ ਹਾਂ ਚੈਲੰਜਿੰਗ ਹੀ ਹੈ ਉਹ, ਹੈ ਨਾ? ਉਹ ਤਾਂ ਚਲੋ ਉਹ ਬਾਈ ਉਹ ਤਾਂ ਆਪਣੇ ਮੂੰਹੋਂ ਪਤਾ ਨਹੀਂ ਦੱਸੂਗਾ ਕਿ ਨਹੀਂ ਦੱਸੂਗਾ, ਉਹ ਤਾਂ ਮੈਨੂੰ ਯਾਦ ਆ ਵੀ ਉਹ ਕਿਸੇ ਆਪਣੇ ਨੌਨ ਬੰਦੇ ਇੰਡਸਟਰੀ ਵਾਲੇ ਕੋਲ ਗਿਆ ਅਤੇ ਉਹਨੇ ਕਿਹਾ ਵੀ ਵੀਰੇ ਮੈਂ ਗਾਉਣਾ ਵੀ ਮੇਰਾ ਗਾਣਾ ਕਰਾ ਦਿਉ। ਅੱਛਾ, ਅਤੇ ਉਹਨੇ ਥਾਪੀ ਜੀ ਮਾਰ ਕੇ, ਜਿਵੇਂ ਕਹਿੰਦਾ ਚੱਲ ਕੋਈ ਨਹੀਂ ਕਰਾ ਦਾਂਗੇ। ਅਤੇ ਜਿੱਦੇ ਉਹਦਾ ਮੈਂ ਲਾਇਸੈਂਸ ਗਾਣਾ ਗਾਇਆ ਅਤੇ ਉਸ ਬੰਦੇ ਨੇ ਉਹਨੂੰ ਫੋਨ ਕਰਕੇ ਕਿਹਾ ਵੀ ਹੁਣ ਤੂੰ ਲਿਖਣ ਵੀ ਲੱਗ ਗਿਆ। ਅੱਛਾ, ਓਹੋ, ਵੈਰੀ ਨਾਈਸ। ਅਤੇ ਰੱਬ ਦੇ ਰੰਗ ਨੇ ਭਾਅ ਜੀ, ਇਹਦੇ ਵਿੱਚ ਕਿਸੇ ਨੂੰ ਨਾ ਤਾਂ ਸਮਝੋ ਛੋਟਾ ਨਾ ਵੱਡਾ, ਇਹਨੂੰ ਬਸ
ਭਾਣਾ ਮੰਨੋ ਸਭ ਤੋਂ ਵੱਡੀ ਗੱਲ ਆ, ਕਿਸੇ ਨੂੰ ਇਹ ਨਾ ਕਰੋ, ਸਪੋਰਟ ਕਰੋ ਕਿਸੇ ਲਈ ਕੁਛ ਕਰੋ ਤਾਂ ਸਹੀ, ਦੇਖੋ ਕਿੰਨੀ ਵਧੀਆ ਫੀਲ ਆਉਂਦੀ ਆ ਸਾਨੂੰ ਤੇ ਉਹ ਚੀਜ਼। ਤਾਨਾ ਮੀਣਾ ਤਾਂ ਵੈਸੇ ਸ਼ਰੀਕਾਂ ਚ ਫੁੱਟ ਬੰਦੇ ਮਰਵਾ ਦਿੰਦਾ ਤਾਨਾ ਮੀਣਾ ਦਾ, ਤਾਂ ਫਿਰ ਸਹੀ ਗੱਲ ਹੈ। ਅੱਛਾ ਮੈਂ ਨਾ ਇੱਕ ਗੱਲ ਹੋਰ ਸੋਚ ਰਿਹਾ ਸੀਗਾ ਨਿੰਜੀ ਵੀਰੇ, ਜਦੋਂ ਤੁਹਾਡਾ ਉਹ ਸਕੂਲ ਤੇ ਕਾਲਜ ਵਾਲਾ ਟਾਈਮ ਗੁਜ਼ਰਿਆ, ਤਾਂ ਕਿਹੜਾ ਗਾਣਾ ਸਕੂਲ ਟਾਈਮ ਚ ਐਸਾ ਹੁੰਦਾ ਸੀਗਾ ਜਿਹੜਾ ਨਿੰਜਾ ਨੇ ਸਭ ਤੋਂ ਵੱਧ ਗਾਇਆ? ਉਹ ਨਿੰਜੇ ਉਸ ਟਾਈਮ ਬੋਲੀਆਂ ਜ਼ਿਆਦਾ ਪਾਉਂਦਾ ਸੀਗਾ, ਬੋਲੀਆਂ ਕਿਉਂਕਿ ਮੈਂ ਭੰਗੜਾ ਕਰਦਾ ਸੀਗਾ ਬੋਲੀ। ਕੀ ਕੋਈ ਐਸਾ ਗਾਣਾ ਰਿਹਾ ਜਿਹਦੇ ਉੱਤੇ ਨਿੰਜਾ ਨੂੰ ਇਹ ਕਿਹਾ ਜਾਂਦਾ ਹੁੰਦਾ ਸੀ ਤੇਰੀ ਆਵਾਜ਼ ਤਾਂ ਜਮਾ ਹੀ ਨਿੰਜਾ, ਡਿੱਟੋ ਹੀ ਉਹਦੇ ਵਰਗੀ ਆ ਓਏ? ਮੈਨੂੰ ਕੋਈ ਹੇ ਖੂਕ ਵਾਲਾ ਗਾਣਾ ਹੋਊਗਾ ਮੈਨੂੰ ਲੱਗਦਾ ਸ਼ਾਇਦ ਸੀਗਾ ਆਪਣਾ। ਹਾਂ ਤਾਰ ਤੂੰਬੀ ਦੀ ਚੋਂ ਅਮਲੇ ਦੀ ਯਾਦ ਆਵੇ, ਕਿਤੇ ਢੋਲ ਹੀ ਉੱਤੇ ਨੱਚੇ ਜੋ ਸ਼ਬਾਬ ਦਿਸਦਾ, ਲੋਕ ਗੀਤਾਂ ਚੋਂ ਦਿਸਣ ਸਾਡੇ ਹੀਰ ਰਾਂਝੇ ਹੋ, ਸਦਾ ਫਾਂਸੀਆਂ ਚੋਂ ਸਾਨੂੰ ਇਨਕਲਾਬ ਦਿਸਦਾ, ਕੋਕਿਆਂ ਨਾਲ ਜੜੀ ਹੋਈ ਡਾਂਗ ਦੇਖ ਲੈਣੀ ਜੱਟ ਮੋਢੇ ਰੱਖਦਾ, ਗਲ ਵਿੱਚ ਕੈਂਠਾ ਜੁੱਤੀ ਤਿੱਲੇਦਾਰ ਪਾਈ ਵੇਖ ਟੌਰ ਜੱਟ ਦਾ, ਫੋੜੇ ਉੱਤੋਂ ਉੱਤਰ ਕੇ ਵੇਖ ਲੈਣੀ ਜੱਟ ਮੇਲਿਆਂ ਨੂੰ ਚੱਲਿਆ, ਛੱਡ ਦੇ ਤੂੰ ਮਿੱਤਰਾਂ ਦਾ ਰਾਹ ਬੱਲੀਏ ਨੀ ਜੱਟ ਮੇਲੇ ਚੱਲੇ ਆ। ਤੇ ਉਸ ਟਾਈਮ ਦੀਆਂ ਬੋਲੀਆਂ ਸਾਰੀਆਂ ਹੁਣ ਕੰਮ ਆਉਂਦੀਆਂ ਹੋਣਗੀਆਂ ਹਨਾ, ਉਹ ਭਾਈ ਰਿਆਜ਼ ਆ ਨਾ, ਰਿਆਜ਼ ਤੁਹਾਡਾ ਕਦੀ ਜ਼ਾਇਆ ਨਹੀਂ ਜਾਂਦਾ। ਹਾਂ ਤੇ ਉਹ ਤੁਸੀਂ ਆਪਣੇ ਲਾਈਵ ਸ਼ੋਅਜ਼ ਦੇ ਵਿੱਚ ਅਕਸਰ ਬੋਲੀਆਂ ਦਾ ਪੂਰਾ ਫੁੱਲ ਚੱਲਦਾ। ਟੀ ਆਰ ਪੀ ਜਿਹਨੂੰ ਕਹਿੰਦੇ ਵੀ ਮੇਰੀ ਤਾਂ ਗਾਇਕੀ ਬੋਲੀਆਂ ਦੇ ਸਿਰ ਤੇ ਖੜੀ ਹੈ, ਮੈਂ ਤਾਂ ਰੋਟੀ ਢੋਲ ਤੋਂ ਲੱਗਿਆ। ਓ ਯੈਸ ਯੈਸ, ਢੋਲ ਨੇ ਰੋਟੀ ਪਾਇਆ ਹੋਇਆ ਬਾਈ ਬੇਸਿਕਲੀ। ਅੱਜ ਕੱਲ੍ਹ ਦੇ ਇਸ ਉਹ ਨਹੀਂ ਵੀ ਜਿਹਨੂੰ ਮੈਂ ਕਹਿੰਦਾ ਵੀ ਬੀਟਾਂ ਨੇ ਜਾਂ ਕੁਛ ਇੱਦਾਂ ਨੇ, ਉਹ ਚੀਜ਼ ਜੇ ਤੁਸੀਂ ਅੱਜ ਮੈਨੂੰ ਪਸੰਦ ਕਰਦੇ ਹੋ, ਜੇ ਮੇਰੀ ਮੈਨੂੰ ਸੁਣਨਾ ਪਸੰਦ ਕਰਦੇ ਹੋ ਜਾਂ ਕਹਿੰਦੇ ਹੋ ਵੀ ਹਾਂ ਵੀ ਇਹ ਲਾਈਵ ਗਾਉਂਦਾ, ਤਾਂ ਉਹਦਾ ਇੱਕ ਰੀਜ਼ਨ ਇਹੀ ਹੈ ਵੀ ਪਹਿਲਾਂ ਪਹਿਲੇ ਨਿਕਲੇ ਆਪਣੇ ਸਟਰਗਲ ਟਾਈਮ ਦੇ ਵਿੱਚ ਬੋਲੀਆਂ, ਔਰ ਪਹਿਲੇ ਨਿਕਲੇ ਟਾਈਮ ਦੇ ਵਿੱਚ ਮੈਂ ਸਟੇਜਾਂ 'ਤੇ ਆਪ ਜਿਵੇਂ ਕਹਿੰਦੇ ਵੀ ਫੀਲਡ ਦੇ ਵਿੱਚ ਵੜ ਕੇ ਕੋਰਸ ਬਹੁਤ ਭਰਿਆ, ਕੋਰਸ ਬਹੁਤ ਭਰਿਆ ਉਦੋਂ। ਯੈਸ, ਤੇ ਉਹ ਬੁਨਿਆਦ ਹੈ, ਉਹ ਨੀਹਾਂ ਤਾਂ ਫਿਰ ਕਦੇ ਨਹੀਂ ਟੁੱਟਦੀ, ਨੀਹਾਂ ਜਿਹੜੀਆਂ ਨੀਹਾਂ ਭਰੀਆਂ ਹੋਈਆਂ ਨੇ ਉੱਥੇ ਤਾਂ ਭਾਵੇਂ 10 ਮੰਜ਼ਲੀ ਖੜਾ ਕਰ ਲਓ। ਯੈਸ 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 ਯੈਸ, ਬਾਕੀ ਸਮਾਂ ਔਰ ਲੋਕ ਔਰ ਹਾਲਾਤ ਤੁਹਾਨੂੰ ਬਹੁਤ ਕੁਛ ਸਿਖਾ ਦੇ। ਬਾਕੀ ਨੋ ਡਾਊਟ ਨੀਹਾਂ ਸਟਰੋਂਗ ਹੈਗੀਆਂ, ਹਜੇ ਤਾਂ ਮੈਂ ਇਹ ਕਹੂੰਗਾ ਹਜੇ ਤਾਂ ਇੱਕ ਦੋ ਹੀ ਮੰਜ਼ਿਲ ਪਈ ਹੈ, 10 ਮੰਜ਼ਿਲਾਂ ਤੱਕ ਪਹੁੰਚਣਾ ਹੈ ਜੇ ਆਪਾਂ ਨਿੰਜੇ ਬਾਈ, ਸਫ਼ਰ ਅਜੇ ਲੰਬਾ ਹੈ ਨਾ, ਅਤੇ ਹੁਣ ਇਹ ਸਫ਼ਰ ਚੈਲੇਂਜ ਤੱਕ ਪਹੁੰਚਿਆ, ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਨਿੰਜੇ ਵੀਰੇ। ਐਵੇਂ ਹੀ ਰੱਬ ਦੀ ਮਿਹਰ, ਰੱਬ ਦੀ ਨਜ਼ਰ ਤੁਹਾਡੀ ਕਲਮ 'ਤੇ, ਤੁਹਾਡੀ ਸੋਚ 'ਤੇ, ਜ਼ੁਬਾਨ 'ਤੇ, ਇੱਦਾਂ ਹੀ ਹਮੇਸ਼ਾ ਰਹੇ। ਥੈਂਕ ਯੂ ਬਹੁਤ ਬਹੁਤ ਸ਼ੁਭਕਾਮਨਾਵਾਂ, ਅਤੇ ਅੱਜ ਆਪਾਂ ਪੌਜ਼ ਕਰਦੇ ਹਾਂ, ਮੁਲਾਕਾਤ ਫਿਰ ਆਪਾਂ ਅਗਲੀ ਵਾਰੀ ਹੋਊਗੀ ਜੇ ਇੱਥੇ ਚੱਕਾਂ ਗੱਲਾਂ ਬਾਤਾਂ। 100% ਥੈਂਕ ਯੂ ਸੋ ਮਚ, ਅਤੇ ਤੁਸੀਂ 7 ਫਰਵਰੀ ਨੂੰ ਗਾਣੇ ਨੂੰ ਜ਼ਰੂਰ ਸਪੋਰਟ ਕਰਿਓ, ਅਤੇ ਟੀਜ਼ਰ ਤੁਸੀਂ ਦੇਖਿਆ ਹੀ ਆ, ਅਤੇ ਉਹਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ, ਅਤੇ ਉਮੀਦ ਕਰਦਾ ਵੀ ਤੁਸੀਂ ਅੱਗੇ ਵੀ ਬਹੁਤ ਜ਼ਿਆਦਾ ਪਿਆਰ ਦਿਓਗੇ। ਔਰ ਥੈਂਕ ਯੂ ਸੋ ਮਚ ਤੁਹਾਡਾ ਮਾਈ ਐਫ ਐਮ ਦਾ, ਜਿਨ੍ਹਾਂ ਨੇ ਇੰਨਾ ਸਪੋਰਟ ਕੀਤਾ ਔਰ ਹਰ ਵਾਰ ਦੀ ਤਰ੍ਹਾਂ ਮੈਨੂੰ ਆਪਣੇ ਕੋਲ ਬਿਠਾ ਕੇ ਇੱਕ ਜਗ੍ਹਾ ਦਿੱਤੀ ਆ, ਅਤੇ ਮੈਂ ਲੱਕੀ ਹਾਂ ਵੀ ਇਹ ਜਗ੍ਹਾ ਮੇਰੇ ਲਈ ਬਣੀ ਔਰ ਮੈਨੂੰ ਮਿਲੀ। ਥੈਂਕ ਯੂ।